ਕਮੈਂਟਰੀ ਬਾਕਸ ਦੇ ਵਿੱਚ ਬੈਠਿਆ ਇੰਗਲਿਸ਼ ਮੈਚ ਹੋ ਰਿਹਾ ਸੀ ਤੇ ਉਹਨਾਂ ਦੇ ਹਰ ਕਮੰਡਰ ਨੂੰ ਜੰਜੂਆ ਬਲਾਕ ਕਰ ਰਿਹਾ ਸੀ, ਰੋਕ ਰਿਹਾ ਸੀ ਤੇ ਉਹਨਾਂ ਆਪਸ ਵਿੱਚ ਮਸ਼ਵਰਾ ਕਰ ਰਹੇ ਸਨ। ਮੱਖਣ ਆਖਦਾ, ਮੱਖਣ ਸਿੰਘ ਉਹਨਾਂ ਦਾ ਕਮੈਂਟਰੀ ਵਾਲਾ, ਉਹ ਕਹਿੰਦਾ ਯਾਰ ਜੰਜੂਆ ਤਾਂ ਇਹ ਵੀ ਹੈ ਜਿਵੇਂ ਪਾਕਿਸਤਾਨ ਦੀ ਕੰਧ ਕਦੇ ਦੀ ਤਰ੍ਹਾਂ ਕੋਈ ਖੜਾ ਹੋ ਜਾਂਦਾ। ਜਦੋਂ ਉਦੋਂ ਦਾ ਜਨਾਬ ਇਹਨੂੰ ਖਿਤਾਬ ਮਿਲਿਆ ਸੀ ਦੀਵਾਲ ਆਫ ਪਾਕਿਸਤਾਨ ਯਾਨੀ ਪਾਕਿਸਤਾਨ ਦੀ ਕੰਧ ਮੁਸ਼ਰਫ ਜਵੇਦ ਜੰਜੂਆ, ਜਿੱਥੇ ਤਾਰਫ ਦਾ ਮੁਹਤਾਜ ਨਹੀਂ, ਹਾਥੀ ਜਿੰਨੀ ਪਾਵਰ ਚੰਨੂ ਅਵਾਨ ਚੰਨਿਓ ਪੀਰ ਯਾਦ ਸਾਹਿਬ ਦੀ ਤਰਫੋਂ 500, ਪੀਰ ਯੂਸਫ ਚਿਸ਼ਤੀ ਦੀ ਤਰਫੋਂ 1000 ਰੁਪਇਆ, ਬੜੀ ਕੋਸ਼ਿਸ਼ ਕੀਤੀ ਹੈ ਖੋਲਣ ਵਾਲਿਓ, 1000 ਰੁਪਇਆ ਪੀਰ ਯੂਸਫ ਚਿਸ਼ਤੀ, 1000 ਰੁਪਇਆ ਪੀਰ ਅੱਲਾ ਰੱਖਾ ਚਿਸ਼ਤੀ, ਪੀਰ ਸਨਾਉਲਾ ਚਿਸ਼ਤੀ 1000 ਰੁਪਇਆ ਜੀ, ਪੀਰ ਅਮੀਰ ਅਮਦਾ 1000, ਮੁਹੰਮਦ ਅਹਿਮਦ ਲੋਧੀ 1000 ਜੀ, ਪੀਰ ਅਮੀਰ ਅਹਿਮਦ ਦੀ ਤਰਫੋਂ 1000 ਜੀ, 1000 ਜੀ, ਐਲਾਨ ਬਹੁਤ ਘੱਟ ਕੀਤੇ ਗਏ ਨੇ, ਬਹੁਤ ਬੜਾ ਇਨਾਮ ਜਨਾਬ। ਆਪਣੇ ਮਨ ਨੂੰ ਵੀ ਮਾਨੇ ਚੰਗੂ ਟੱਚ ਲੈ ਬਈ, ਦਰਮਿਆਨ ਵਿੱਚ ਸਤਿਆ ਤੋਂ ਕੋਕਰ ਸਾਹਿਬਾਨ 21 ਤਰੀਕ ਨੂੰ ਮੈਚ ਕਰਵਾਉਂਦੇ ਪਏ ਨੇ ਇਨਸ਼ਾਅੱਲਾ। ਟੱਚ ਲਓ ਜੀ, ਬੱਟੀ ਸਾਹਿਬ ਟੱਚ ਲਓ, ਕਿਆ ਬਾਤ ਹੈ।
ਅੱਗ ਕਰਨਾ ਆਉਂਦਾ ਹੀ ਹੋ ਜੇ ਬਰਾਤ ਨੇ ਆਈ ਦੇਖ